ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਨਮਸਤੇ ਸਲਾਮ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਅੱਜ ਦੁਪਹਿਰੇ ਮੈਂ ਲੇਟੀ ਹੋਈ ਸੀਗੀ ਮੇਰੀਆਂ ਅੱਖਾਂ ਵਿੱਚ ਨੀਂਦ ਆ ਪਰ ਮੈਂ ਸੌਣਾ ਨਹੀਂ ਚਾਹੁੰਦੀ ਲੇਟੀ ਸੀ ਜਦੋਂ ਨੀਂਦ ਆਈ ਸੀਗੀ ਉਦੋਂ ਫਿਰ ਮੈਂ ਉੱਠ ਗਈ ਅਤੇ ਮੌਸਮ ਬਹੁਤ ਸੋਹਣਾ ਹੋ ਗਿਆ ਮੈਂ ਉੱਠ ਕੇ ਬਾਹਰ ਖੜ੍ਹੀ ਹੋ ਗਈ ਥੋੜ੍ਹਾ ਜਿਹਾ ਮੌਸਮ ਇੰਜੋਏ ਕਰਨ ਲੱਗ ਪਈ ਅਤੇ ਫਿਰ ਹੁਣ ਮੈਂ ਬਦਾਮਾਂ ਨੂੰ ਇੱਕ ਬੋਇਲ ਦਬਾਉਣਾ ਆ ਇਹ ਜਿੱਦਾਂ ਮੈਂ ਰੋਸਟ ਕਰਨੇ ਆ ਪਹਿਲਾਂ ਜਿੱਦਾਂ ਪਾਣੀ ਵਿੱਚ ਇੱਕ ਬੋਇਲ ਦਬਾ ਕੇ ਇਹਨੂੰ ਅਤੇ ਉੱਪਰ ਪਲੇਟ ਦੇ ਨਾਲ ਢੱਕ ਕੇ ਰੱਖ ਦੇਣਾ ਆ ਅਤੇ ਫਿਰ ਇਹ ਜਦੋਂ ਥੋੜ੍ਹੇ ਜਿਹੇ ਸੋਫਟ ਹੋ ਜਾਣਗੇ ਛਿੱਲ ਇਹਨਾਂ ਦੀ ਫਿਰ ਈਜ਼ੀ ਜਿੱਦਾਂ ਰਿਮੂਵ ਹੋ ਜਾਣੀ ਆ ਅਤੇ ਫਿਰ ਬਾਅਦ ਵਿੱਚ ਮੈਂ ਇਹਨਾਂ ਨੂੰ ਜਿੱਦਾਂ ਥੋੜ੍ਹਾ ਜਿਹਾ ਓਇਲ ਪਾ ਕੇ ਇੱਕ ਚਮਚ ਦੇ ਕਰੀਬ ਅਤੇ ਰੋਸਟ ਕਰਨਾ ਆ ਅਤੇ ਚਲੋ ਵੇਟ ਕਰਦੇ ਹਾਂ ਬਦਾਮਾਂ ਦੇ ਬੋਇਲ ਹੋਣ ਤੱਕ ਜਾਣੀ ਕਿ ਪਾਣੀ ਦੇ ਬੋਇਲ ਹੋਣ ਤੱਕ ਓਕੇ ਜੀ ਬਦਾਮ ਜਿਹੜੇ ਆ ਦੇਖੋ ਬੋਇਲ ਹੋ ਗਿਆ ਚੰਗੀ ਤਰ੍ਹਾਂ ਬਸ ਇਹਨੂੰ ਇੱਦਾਂ ਹੀ ਕਰਨਾ ਆ ਛਿਲਕਾ ਵੱਖਰਾ ਆਪਣੇ ਆਪ ਹੋ ਹੀ ਜਾਣਾ ਬੜਾ ਈਜ਼ੀਲੀ ਲਿੱਥੀ ਜਾਂਦਾ ਛਿਲਕਾ 5 ਮਿੰਟ ਬੋਇਲ ਕਰਕੇ ਗੈਸ ਬੰਦ ਕਰ ਦੇਣਾ ਆ ਅਤੇ ਫਿਰ ਉੱਪਰ ਢੱਕ ਕੇ ਪਲੇਟ ਦੇ ਨਾਲ 5 ਕੁ ਮਿੰਟ ਹੋਰ ਰੱਖ ਲੈਣਾ ਗਰਮ ਪਾਣੀ ਵਿੱਚ ਫਿਰ ਈਜ਼ੀਲੀ ਹੈ ਨਾ ਹੋ ਜਾਂਦੀ ਛਿੱਲ ਇਹਨਾਂ ਦੀ ਲਿੱਥ ਜਾਂਦੀ ਆ ਬਦਾਮਾਂ ਦੀਆਂ ਛਿੱਲਾਂ ਸਾਰੀਆਂ ਦੀਆਂ ਲਾ ਲਈਆਂ ਮੈਂ ਅਤੇ ਮੇਰੇ ਕੋਲ ਕਾਫੀ ਟਾਈਮ ਦੇ ਇਹ ਵਾਲੇ ਜਿਹੜੇ ਆਪਣੇ ਸਨਫਲਾਵਰ ਸੀਡਸ ਹੁੰਦੇ ਨਾ ਬਿਨਾਂ ਛਿੱਲ ਤੋਂ ਮੈਂ ਬਾਏ ਕੀਤੇ ਸੀ ਉਹ ਵੀ ਪਏ ਸੀ ਤਾਂ ਮੈਂ ਸੋਚਦੀ ਹਾਂ ਕਿ ਇਹਨਾਂ ਨੂੰ ਵੀ ਰੋਸਟ ਕਰ ਲਿਆ ਜਾਏ ਨਾਲ ਨਾਲ ਪਹਿਲਾਂ ਇਹਨਾਂ ਨੂੰ ਕਰੂੰਗੀ ਮੈਂ ਥੋੜ੍ਹਾ ਜਿਹਾ ਓਲਿਵ ਓਇਲ ਪਾ ਕੇ ਥੋੜ੍ਹਾ ਜਿਹਾ ਨਮਕ ਪਾ ਕੇ ਤਾਂ ਫਿਰ ਬਾਅਦ ਵਿੱਚ ਬਦਾਮ ਕਰਦੇ ਹਾਂ ਗਰਮਾ ਵਾਲੇ ਸੀਡ ਜਿਹੜੇ ਆ ਸੂਰਜਮੁਖੀ ਦੇ ਬੀ ਆ ਉਹ ਹੋ ਗਏ ਆ ਗਰਮ ਮਤਲਬ ਟੋਸਟ ਕਰ ਲਏ ਆ ਖਾਗ ਦੇ ਰਹੀ ਮੈਂ ਕਿੱਦਾਂ ਦੇ ਸਵਾਦ ਮੈਂ ਨਾ ਸਾਡੇ ਇੱਕ ਬਹੁਤ ਹੀ ਪਿਆਰੇ ਵੀਰ ਆ ਉਹਨਾਂ ਦਾ ਨਾਮ ਹੈਗਾ ਆ ਸਾਹਿਬ ਸਾਰੇ ਜਿੱਦਾਂ ਉਹਨਾਂ ਨੂੰ ਵੀਰਾ ਕਹਿੰਦੇ ਆ ਉਹਨਾਂ ਦੇ ਚੈਨਲ ਦਾ ਨਾਮ ਹੈਗਾ ਆ ਜਿਮੀਦਾਰ ਵੀਰ ਅਤੇ ਉਹਨਾਂ ਦੀਆਂ ਵੀਡੀਓਜ਼ ਮੈਂ ਵੇਖ ਰਹੀ ਸੀ ਅਤੇ ਉਹਨਾਂ ਨੇ ਅਮਰੂਦ ਦੀ ਜਿੱਦਾਂ ਫਾਇਦੇ ਦੱਸੇ ਇੱਕ ਵੀਡੀਓ ਵਿੱਚ ਮੈਨੂੰ ਬੜਾ ਵਧੀਆ ਲੱਗਿਆ ਇੱਥੇ ਖੜ੍ਹੀ ਖੜ੍ਹੀ ਮੈਂ ਸੁਣ ਰਹੀ ਹਾਂ ਅਤੇ ਨਾਲੇ ਮੈਂ ਆਪਣੇ ਬਦਾਮ ਜਿਹੜੇ ਆ ਉਹ ਰੋਸਟ ਕਰ ਰਹੀ ਹਾਂ ਅਤੇ ਮੈਂ ਨਾ ਮੈਨੂੰ ਬਹੁਤ ਵਧੀਆ ਲੱਗਾ ਅਤੇ ਇੱਥੇ ਪਤਾ ਕੀ ਆ ਸਾਹਿਬ ਵੀਰੇ ਇੱਥੇ ਅਮਰੂਦ ਨਹੀਂ ਮਿਲਦੇ ਅਤੇ ਅਮਰੂਦਾਂ ਦਾ ਜੂਸ ਮਿਲ ਜਾਂਦਾ ਪਿੰਕ ਜਿਹੜੇ ਅਮਰੂਦ ਹੁੰਦੇ ਆ ਇੱਕ ਤਾਂ ਵਾਈਟ ਅਮਰੂਦ ਹੁੰਦੇ ਆ ਵਿੱਚੋਂ ਨਿਕਲਦੇ ਹੈ ਨਾ ਇੱਕ ਹੁੰਦੇ ਆ ਪਿੰਕ ਜਿਹੜੇ ਪਿੰਕ ਆ ਉਹਨਾਂ ਦਾ ਇੱਥੋਂ ਜੂਸ ਮਿਲ ਜਾਂਦਾ ਅਤੇ ਹੁਣ ਮੈਂ ਟਰਾਈ ਕਰੂੰਗੀ ਕਿ ਅਸੀਂ ਉਹ ਜਿੱਦਾਂ ਜੂਸ ਹੀ ਪੀਏ ਜ਼ਿਆਦਾ ਅਤੇ ਮੈਂ ਆਪਣੇ ਬੱਚਿਆਂ ਨੂੰ ਵੀ ਦੇਵਾਂ ਕਿਉਂਕਿ ਬਹੁਤ ਫਾਇਦੇ ਦੱਸੇ ਆ ਪਹਿਲਾਂ ਮੈਨੂੰ ਨਹੀਂ ਸੀ ਪਤਾ ਕਿ ਇੰਨੇ ਫਾਇਦੇ ਹੈਗੇ ਆ ਅਮਰੂਦ ਦੇ ਥੈਂਕ ਯੂ ਤੁਸੀਂ ਸ਼ੇਅਰ ਕੀਤੀਆਂ ਜਿੱਦਾਂ ਉਹਦੇ ਵਿੱਚ ਕਾਫੀ ਗੱਲਾਂ ਦੱਸੀਆਂ ਕਿ ਇੰਨੇ ਫਾਇਦੇ ਆ ਅਮਰੂਦ ਦੇ ਥੈਂਕ ਯੂ ਬਦਾਮ ਵੀ ਆ ਜਿਹੜੇ ਉਹ ਵੀ ਰੋਸਟ ਕਰ ਲਏ ਆ ਮੈਂ ਆਵਾਜ਼ ਸੁਣਦੀ ਹੁਣੀ ਛਾਂ ਛਾਂ ਕਰ ਰਹੇ ਹਲੇ ਬੜੇ ਗਰਮ ਆ ਬਾਅਦ ਵਿੱਚ ਮੈਂ ਇਹਨਾਂ ਨੂੰ ਟੇਸਟ ਕਰਕੇ ਦੇਖਦੀ ਹਾਂ ਅੱਜ ਦੇਖੋ ਬਾਹਰ ਮੌਸਮ ਬਹੁਤ ਸੋਹਣਾ ਹੋਇਆ ਆ ਅਤੇ ਹਵਾ ਕਿੰਨੀ ਸੋਹਣੀ ਚੱਲ ਰਹੀ ਆ ਪਰਦੇ ਕਿੱਦਾਂ ਉੜ ਉੜ ਕੇ ਬਾਹਰ ਨੂੰ ਜਾ ਰਹੇ ਆ ਅਤੇ ਹੁਣ ਮੈਂ ਫਰਾਈ ਕਰਨੇ ਆ ਸਮੋਸੇ ਚਲੋ ਮੈਂ ਤੁਹਾਨੂੰ ਦਿਖਾਉਂਦੀ ਜਿਹੜੇ ਮੈਂ ਬਣਾ ਕੇ ਰੱਖੇ ਸੀ ਫਰੀਜ਼ ਕੀਤੇ ਹੋਏ ਸੀ ਸੋਰੀ ਮੈਂ ਲਾਈਟ ਨਹੀਂ ਲਗਾਈ ਇੱਦਾਂ ਹੀ ਕਿੱਧਰ ਗਏ ਕਿੱਧਰ ਰੱਖੇ ਹੋਏ
ਸਾਡੇ ਫ੍ਰੀਜ਼ ਕੀਤੇ ਹੋਏ ਸਮੋਸੇ। ਹੁਣੇ ਮੈਂ ਫਰਾਈ ਕਰਕੇ ਹਟੀ ਸੀ, ਤੁਹਾਨੂੰ ਦੱਸਿਆ ਸੀ ਨਾ ਪਹਿਲਾਂ ਵੀ ਕਿ ਆਹ ਵਾਲੀ ਸੀਟ 'ਤੇ ਬਦਾਮ ਹੁਣ ਫਰਾਈ ਹੋ। ਬਣਾਏ ਕਿ ਨਹੀਂ ਵਧੀਆ ਸਮੋਸੇ ਫਿਰ ਮੈਂ। ਹਾਂਜੀ, ਇਹ ਫਰੀਜ਼ ਕੀਤੇ ਹੋਏ ਆ, ਦੇਖੋ ਫਰੀਜ਼ਰ ਵਿੱਚ ਇੱਦਾਂ ਦੇ ਹੀ ਰਹਿੰਦੇ ਜਿੱਦਾਂ ਦੇ ਆਪਾਂ ਕੱਚੇ ਆ, ਮਤਲਬ ਕਿ ਹੁਣ ਮੈਂ ਫਰਾਈ ਕਰਨੇ ਆ ਕਿ ਕੁਛ ਨਹੀਂ ਹੁੰਦਾ ਇਹਨਾਂ ਨੂੰ, ਇਸ ਤਰ੍ਹਾਂ ਹੀ ਰਹਿੰਦੇ ਆ। ਅਤੇ ਹੁਣ ਬਾਰੀ ਆਉਂਦੀ ਫਰਾਈ ਕਰਨ ਦੀ। Perché? Non hai fatto lezione? Perché lei ha detto che è impegno e deve fare la spesa. Ah, pure altri bambini no? Sì, loro hanno fatto. Va bene. Messo mosse non ordine. Ciao Pini, a papà, invece tu ciao Pini? Sì. ਇੱਕ ਤਾਂ ਮੈਨੂੰ ਸਭ ਤੋਂ ਬੁਰੀ ਆਦਤ ਮੇਰੀ ਪਤਾ ਕੀ ਆ, ਜਦੋਂ ਵੀ ਮੈਂ ਕੋਈ ਕੰਮ ਕਰਦੀ ਮੈਂ ਨਾ ਇੱਦਾਂ ਪਤਾ ਨਹੀਂ ਹਮੇਸ਼ਾ ਮੇਰੇ ਇੱਦਾਂ ਹੀ ਵੀਡੀਓ ਵਿੱਚ ਆਉਂਦਾ ਰਹਿੰਦਾ। ਹੁਣ ਵੀ ਮੈਂ ਪਤਾ ਨਹੀਂ, ਮੈਨੂੰ ਸ਼ੁਰੂ ਤੋਂ ਇਹ ਆਦਤ ਆ, ਸਭ ਤੋਂ ਭੈੜੀ ਬਰੁੱਤੋ ਆਦਤ ਮੇਰੀ ਇਹ ਵਾਲੀ ਆ, ਪਤਾ ਨਹੀਂ ਆਪਣੇ ਆਪ ਹੋ ਜਾਂਦਾ। ਹੁਣ ਮੈਂ ਨਾ ਦੁਕਾਨ ਨੂੰ ਜਾਣਾ, ਮੈਂ ਸੇਰੀਨਾ ਨੂੰ ਆਪਣੀ ਛੋਟੀ ਡਾਟਰ ਨੂੰ ਕਹਿੰਦੀ ਸੀ, ਮੰਮਾ ਨੇ ਹੱਟੀ 'ਤੇ ਜਾਣਾ ਆ ਕੁਛ ਮੰਗਾਉਣਾ, ਅਤੇ ਦੱਸ ਕਹਿੰਦੀ ਮੰਮਾ ਹੱਟੀ ਕੀ ਹੁੰਦਾ ਆ। ਫਿਰ ਉਹਨੂੰ ਮੈਂ ਦੱਸਿਆ, ਮੈਂ ਕਿਹਾ ਹੱਟੀ ਮਤਲਬ ਸ਼ੋਪ 'ਤੇ ਜਾਣਾ ਆ, ਮੈਂ ਜੇ ਤੂੰ ਕੁਛ ਮੰਗਾਉਣਾ ਚਾਹੁੰਦੀ ਹਾਂ ਤਾਂ ਦੱਸ। ਅਤੇ ਜਿੱਦਾਂ ਨਾ ਨਿੱਕੀਆਂ ਨਿੱਕੀਆਂ ਗੱਲਾਂ ਕਈ ਵਾਰੀ ਮੂੰਹੋਂ ਨਿਕਲਦੀਆਂ, ਜਿੱਦਾਂ ਹੁਣ ਹੱਟੀ ਹੋ ਗਿਆ, ਚੀਜ਼ੀ ਹੋ ਗਿਆ, ਆਪਣੇ ਚੀਜ਼ੀ ਕਹਿੰਦੇ ਹੁੰਦੇ ਨਿਆਣਿਆਂ ਨੂੰ, ਚੀਜ਼ੀ ਖਾਣੀਆਂ ਤੋਂ ਇੱਦਾਂ ਦੀਆਂ ਗੱਲਾਂ ਇਹਨਾਂ ਨੂੰ ਨਹੀਂ ਪਤਾ, ਅਤੇ ਮੈਂ ਇਹਨਾਂ ਨੂੰ ਚਾਹੁੰਦੀ ਹਾਂ ਕਿ ਇਹਨਾਂ ਨੂੰ ਵੀ ਪਤਾ ਹੋਵੇ, ਅਤੇ ਤਾਂ ਕਰਕੇ ਮੈਂ ਕਈ ਵਾਰੀ ਇਹਨਾਂ ਨੂੰ ਦੱਸਦੀ ਹੁੰਦੀ ਹਾਂ ਵੀ ਚੀਜ਼ੀ ਮਤਲਬ ਕੋਈ ਵੀ ਚੀਜ਼ ਖਾਣ ਵਾਲੀ ਉਹਨੂੰ ਚੀਜ਼ੀ ਕਹਿ ਦਿੰਦੇ ਆ, ਹੈ ਨਾ। ਜਿੱਦਾਂ ਛੋਟੇ ਬੱਚੇ ਆ, ਛੋਟੇ ਬੱਚੇ ਜਿਹੜੇ ਹੁੰਦੇ ਉਹ ਚੀਜ਼ੀ ਕਹਿੰਦੇ ਹੁੰਦੇ ਹਰੇਕ ਖਾਣ ਵਾਲੀ ਚੀਜ਼ ਨੂੰ, ਸੋ ਇਹਨਾਂ ਨੂੰ ਥੋੜ੍ਹਾ ਥੋੜ੍ਹਾ ਮੈਂ ਇੱਦਾਂ ਦੀਆਂ ਗੱਲਾਂ ਦੱਸਦੀ ਰਹਿੰਦੀ ਹੁੰਦੀ ਹਾਂ ਆਪਣੀਆਂ। ਸਮੋਸੇ ਬੜੇ ਪਿਆਰ ਨਾਲ ਧੀਮੀ ਆਂਚ 'ਤੇ ਤਲ ਹੋ ਰਹੇ ਆ, ਬੜੇ ਪਿਆਰ ਨਾਲ ਫਰਾਈ ਹੋ ਰਹੇ ਆ। ਅਤੇ ਇਹ ਜਿੱਦਾਂ ਮੈਂ ਉੱਪਰ ਵੀ ਦੇ ਕੇ ਆਊਂਗੀ, ਉੱਪਰ ਸਾਡੇ ਮਾਰੋਕੋ ਤੋਂ ਆ, ਜਿੱਦਾਂ ਮਾਰੋਕੀ ਨਹੀਂ ਰਹਿੰਦੇ ਆ, ਉਹਨਾਂ ਨੂੰ ਬੜੇ ਪਸੰਦ ਆ, ਅਤੇ ਮੈਂ ਇਹ ਪਹਿਲਾਂ ਪੂਰ ਉਹਨਾਂ ਨੂੰ ਦੇ ਕੇ ਆਵਾਂਗੀ। ਸਮੋਸੇ ਰੈਡੀ, ਹੁਣੇ ਮੈਂ ਉੱਪਰ ਵਾਲਿਆਂ ਨੂੰ ਦੇ ਕੇ ਆਉਂਦੀ ਹਾਂ, ਅਤੇ ਇੱਕ ਮੈਂ ਜਿੱਦਾਂ ਹੋਰ ਪਾ ਦਿੱਤੇ ਆ, ਅਤੇ ਉਹ ਜਦ ਤੱਕ ਫਰਾਈ ਹੁੰਦੇ ਆ ਇਹ ਉੱਪਰ ਫੜਾ ਕੇ ਆਉਂਦੀ ਮੈਂ। ਪਲੇਟ ਵਿੱਚ ਕੀ ਰੱਖਣੇ ਆ, ਇੱਦਾਂ ਹੀ ਰੱਖ ਕੇ, ਬਸ ਉਹਨਾਂ ਦੀ ਮੰਮਾ ਨੂੰ ਪਸੰਦ ਆ ਉਹਨੂੰ ਹੀ ਦੇ ਰਹੇ ਆ ਮੈਂ। 3 ਸਮੋਸੇ ਬਹੁਤ ਆ ਉਹਦੇ ਲਈ। ਚਲੋ ਆ ਜਾਓ ਤੁਸੀਂ ਵੀ ਮੇਰੇ ਨਾਲ ਗੁਆਂਢੀਆਂ ਦੇ ਸਮੋਸੇ ਫੜਾਉਣ ਚਲੀਏ। ਰਾਬੀਆ, ਮੈਂ ਸਮੋਸੇ ਫੜਾਉਣ ਗਈ ਸੀਗੀ ਅਤੇ ਉਹਨਾਂ ਨੇ ਮੈਨੂੰ ਹਲਵਾਣਾ ਦੇ ਦਿੱਤਾ। ਮੈਂ ਕਿਹਾ ਸੀ ਛੋਟਾ ਹੈਗਾ ਤਾਂ ਦੇ ਦਿਓ, ਛੋਟਾ ਨਹੀਂ ਹੈਗਾ, ਅਤੇ ਆ ਛੱਲੀਆਂ ਸਾਨੂੰ ਕਿਤੋਂ ਆਈਆਂ ਹੀ ਸੀਗੀਆਂ, ਇੱਧਰੋਂ ਤਾਂ ਸਹੀ ਆ ਪਰ ਇੱਧਰੋਂ ਇਹ ਖਰਾਬ ਹੋਈਆਂ ਆ, ਸੋ ਇਹ ਸਿੱਟਣੀਆਂ ਪੈਣੀਆਂ।